ਨਾਲ ਸੁਰਿੰਦਰ ਅੰਡਲਾ ਜੀ ਨੇ। ਡਾਕਟਰ ਸਾਹਿਬ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੁਗਰਾਜ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਸਾਰੇ ਕੈਨੇਡਾ ਦੇ ਪੰਜਾਬੀਆਂ ਨੂੰ। ਅੱਜ ਖਾਸ ਜਿਹੜਾ ਇਹ ਪ੍ਰੋਗਰਾਮ ਹੈ ਜੁਗਰਾਜ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਗੱਲ ਅੱਗੇ ਸ਼ੁਰੂ ਕਰੋ, ਮੈਂ ਇੱਕ ਬਹੁਤ ਖਾਸ ਵਿਸ਼ਾ ਜਿਹਦੇ ਤੇ ਕੈਨੇਡਾ 'ਚ ਬੈਠੇ ਹਰ ਪੰਜਾਬੀ ਦਾ ਸਮਰਥਨ ਇਸ ਵਕਤ ਚਾਹੀਦਾ, ਔਰ ਇਹਦੇ ਨਾਲ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਿਹੜੇ ਜਸਟਿਨ ਟਰੂਡੋ ਹੈ, ਉਹਨਾਂ ਤੱਕ ਵੀ ਆਪਣੀਆਂ ਗੱਲਾਂ ਇਹ ਪਹੁੰਚਣੀਆਂ ਚਾਹੀਦੀਆਂ ਨੇ। ਔਰ ਜੁਗਰਾਜ ਜੀ, ਜਿੰਨੇ ਆਪਣੇ ਮੈਂਬਰ ਪਾਰਲੀਮੈਂਟ ਨੇ ਪੰਜਾਬ ਨਾਲ ਸੰਬੰਧਿਤ ਜਾਂ ਤੁਹਾਡੇ ਓਪੋਜੀਸ਼ਨ ਪਾਰਟੀਆਂ ਦੇ ਲੀਡਰ ਨੇ, ਉਹਨਾਂ ਸਾਰਿਆਂ ਲਈ ਇਹ ਮੁੱਦਾ ਬਹੁਤ ਅਹਿਮ ਹੈ ਜਿਹਦੇ ਤੇ ਮੈਂ ਅੱਜ ਗੱਲ ਕਰਨ ਵਾਲਾ। ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਪੰਜਾਬ ਨਾਲ ਜੁੜੇ ਜੁਗਰਾਜ ਜੀ ਵੱਡੇ ਮਸਲੇ ਆਉਂਦੇ ਆ ਨਾ, ਜਿਵੇਂ ਹੁਣ ਕਿਸਾਨ ਅੰਦੋਲਨ ਦਾ ਮਸਲਾ ਵੀ ਆਇਆ ਸੀ, ਜਸਟਿਨ ਟਰੂਡੋ ਸਾਹਿਬ ਨੇ ਉਹਦੇ ਵਿੱਚ ਵੱਡਾ ਬਿਆਨ ਦਿੱਤਾ ਸੀ। ਜਸਟਿਨ ਟਰੂਡੋ ਸਾਹਿਬ ਨੇ ਹਮੇਸ਼ਾ ਇਹ ਦਿਖਾਇਆ ਹੈ ਕਿ ਮੇਰਾ ਬਹੁਤ ਕੰਸਰਨ ਹੈ ਪੰਜਾਬ ਦੇ ਨਾਲ। ਇਹ ਗੱਲ ਅਸੀਂ ਹਮੇਸ਼ਾ ਇਸ ਗੱਲ ਨੂੰ ਅਸੀਂ ਬਹੁਤ ਸਵੀਕਾਰ ਕੀਤਾ, ਤੇ ਜਸਟਿਨ ਟਰੂਡੋ ਉਹਨਾਂ ਦਾ ਸਮੇਂ-ਸਮੇਂ ਤੇ ਅਸੀਂ ਧੰਨਵਾਦ ਵੀ ਕੀਤਾ ਬਹੁਤ ਸਾਰੇ ਮਸਲਿਆਂ ਦੇ ਵਿੱਚ। ਪਰ ਮੈਂ ਅੱਜ ਜਿਹੜਾ ਮਸਲਾ ਉਠਾਉਣਾ ਚਾਹੁੰਦਾ, ਉਹ ਮਸਲਾ ਹੈ ਸਾਡੇ ਵਿਦਿਆਰਥੀਆਂ ਦਾ। ਜੁਗਰਾਜ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਊਬਿਕ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਵਿਦਿਆਰਥੀਆਂ ਨੇ ਐਡਮਿਸ਼ਨ ਲਈ ਹੋਈ ਹੈ, ਉਹਨਾਂ ਨੇ ਆਪਣੀਆਂ ਫਾਈਲਾਂ ਲਾਂਚ ਕੀਤੀਆਂ ਹੋਈਆਂ ਨੇ, ਹਾਈ ਕਮਿਸ਼ਨ ਤੋਂ ਉਹਨਾਂ ਦੇ ਰਿਜ਼ਲਟ ਨਹੀਂ ਆ ਰਹੇ। ਕੋਵਿਡ ਦੀ ਸਿਚੁਏਸ਼ਨ ਕਰਕੇ ਪੂਰੇ ਕੈਨੇਡਾ 'ਚ ਪਹਿਲਾਂ ਤਾਂ ਨਤੀਜੇ ਹੌਲੀ ਹੌਲੀ ਆਏ, ਉਹ ਗੱਲ ਸਮਝ ਆਉਂਦੀ ਸੀ ਹੁਣ, ਪਰ ਬਾਕੀ ਜਗ੍ਹਾ ਦੇ ਉੱਤੇ ਨਤੀਜੇ ਆ ਰਹੇ ਨੇ। ਪਰ ਕਿਊਬਿਕ ਦੇ ਵਿੱਚ ਜੁਗਰਾਜ ਜੀ, ਇੱਕ ਸਾਲ ਸਵਾ ਸਾਲ ਹੋ ਗਏ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਦਿਆਂ ਨੂੰ ਫੀਸਾਂ ਭਰੀਆਂ ਹੋਈਆਂ ਨੇ ਉਹਨਾਂ ਨੇ, ਔਰ ਹਜੇ ਤੱਕ ਉਹਨਾਂ ਦੇ ਰਿਜ਼ਲਟ ਨਹੀਂ ਆਏ। ਸੋ ਇਹ ਬਹੁਤ ਇੱਕ ਵੱਡਾ ਮੁੱਦਾ ਹੈ, ਔਰ ਮੈਂ ਇੱਥੇ ਪੰਜਾਬ ਦੇ ਵਿਦਿਆਰਥੀਆਂ ਦੇ ਨਾਲ ਲਗਾਤਾਰ ਮੇਰਾ ਰਾਬਤਾ ਹੁੰਦਾ। ਜੁਗਰਾਜ ਜੀ, ਮਾਨਸਿਕ ਪਰੇਸ਼ਾਨੀਆਂ ਦੇ ਵਿੱਚ ਨੇ ਸਾਡੇ ਪੰਜਾਬ ਦੇ ਵਿਦਿਆਰਥੀ, ਉਹਨਾਂ ਦੇ ਪਰਿਵਾਰ ਵੀ ਚਿੰਤਤ ਨੇ, ਔਰ ਸਾਡੇ ਬਹੁਤ ਸਾਰੇ ਜਿਹੜੇ ਇੱਥੇ ਕੰਸਲਟੈਂਟਸ ਨੇ, ਉਹ ਵੀ ਆਪਣੇ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ਾਂ ਕਰ ਰਹੇ ਨੇ। ਜਿਹੜੀ ਸਾਡੇ ਪੰਜਾਬ 'ਚ ਚਰਚਾ ਨਾ, ਉਹ ਇਹ ਚਰਚਾ ਹੈ ਵੀ ਕਿਊਬਿਕ ਦੇ ਵਿੱਚ 10 ਕਾਲਜ ਨੇ, ਉਹਨਾਂ ਦਾ ਕੈਨੇਡਾ ਦੀ ਸਰਕਾਰ ਦੇ ਨਾਲ ਕੋਈ ਰੇੜਕਾ ਹੈ, ਤੇ ਜਿਹੜੇ ਉਹ ਕਾਲਜਾਂ ਵਾਲੇ ਨੇ, ਉਹਨਾਂ ਨੇ ਆਫੀਸ਼ੀਅਲੀ ਤਾਂ ਕਦੀ ਸਾਨੂੰ ਈਮੇਲ ਵਗੈਰਾ 'ਚ ਅਨਾਊਂਸ ਨਹੀਂ ਕੀਤਾ ਵੀ ਕੀ ਰੇੜਕਾ ਹੈ, ਪਰ ਉਹ ਇਹ ਕਹਿੰਦੇ ਨੇ ਇੱਥੇ ਵਿਦਿਆਰਥੀਆਂ ਨੂੰ ਹਮੇਸ਼ਾ ਕਿ ਸਾਡਾ ਸਰਕਾਰ ਨਾਲ ਰੇੜਕਾ ਖਤਮ ਹੋ ਗਿਆ ਜੀ, ਬਹੁਤ ਜਲਦ ਰਿਜ਼ਲਟ ਆਉਣ ਲੱਗ ਜਾਣਗੇ, ਸਾਰਾ ਕੁਝ ਠੀਕ ਹੋ ਜਾਊਗਾ। ਪਰ ਸਾਨੂੰ ਇਹ ਗੱਲ ਸੁਣਦਿਆਂ ਸੁਣਦਿਆਂ ਨੂੰ ਵੀ 6 ਮਹੀਨੇ ਦੇ ਕਰੀਬ, ਲਗਭਗ 3-4-5 ਮਹੀਨੇ ਦੇ ਕਰੀਬ ਜੁਗਰਾਜ ਜੀ ਹੋ ਗਏ। ਹੁਣ ਮੈਂ ਇਹ ਚਾਹੁੰਦਾ ਕਿ ਇੱਕ ਤਾਂ ਤੁਸੀਂ ਜਿੰਨੇ ਇੱਥੇ ਸਾਡੇ ਪੰਜਾਬੀ ਨੇ, ਜਿੰਨੇ ਸਾਡੇ ਇੱਥੇ ਮੈਂਬਰ ਪਾਰਲੀਮੈਂਟ ਨੇ, ਤੁਸੀਂ ਉਹਨਾਂ ਦੇ ਧਿਆਨ 'ਚ ਇਹ ਗੱਲਾਂ ਲਿਆਓ ਵੀ ਜਸਟਿਨ ਟਰੂਡੋ ਸਾਹਿਬ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਕਿਊਬਿਕ ਦੇ ਵਿਦਿਆਰਥੀਆਂ ਦੇ ਰਿਜ਼ਲਟ ਕਿਉਂ ਨਹੀਂ ਆ ਰਹੇ। ਜੁਗਰਾਜ ਜੀ, ਬਹੁਤ ਲੱਖਾਂ ਰੁਪਏ ਵਿਦਿਆਰਥੀਆਂ ਨੇ ਦਿੱਤੇ ਆ, 8-8, 9-9, 10-10, 12-12 ਲੱਖ ਰੁਪਏ ਜਮ੍ਹਾਂ ਕਰਾਏ ਹੋਏ ਨੇ ਉਹਨਾਂ ਨੇ, ਔਰ ਉਹ ਆਨਲਾਈਨ ਪੜ੍ਹਾਈ ਤਾਂ ਕਰ ਰਹੇ ਨੇ, ਹੁਣ ਤੀਜੇ ਸਮੈਸਟਰ ਦੀਆਂ ਫੀਸਾਂ ਦੀ ਵੀ ਕਿਤੋਂ ਕਿਤੋਂ ਡਿਮਾਂਡ ਸ਼ੁਰੂ ਹੋ ਜਾਣੀ ਹੈ, ਕਿਉਂਕਿ ਉਹਨਾਂ ਨੂੰ ਸਵਾ ਸਾਲ, 1 ਸਾਲ ਪੂਰਾ ਹੋ ਗਿਆ ਵਿਦਿਆਰਥੀਆਂ ਨੂੰ। ਇਹ ਬਹੁਤ ਚਿੰਤਾ ਵਾਲਾ ਵਿਸ਼ਾ ਸਾਡੇ ਇੱਥੇ ਪੰਜਾਬ 'ਚ ਬਣਿਆ ਹੋਇਆ, ਇਸੇ ਕਰਕੇ ਅੱਜ ਮੈਂ ਰੇਡੀਓ 'ਤੇ ਜੁਗਰਾਜ ਜੀ ਤੁਹਾਡੇ ਤੋਂ ਸਪੈਸ਼ਲ ਟਾਈਮ ਲਿਆ ਸੀ, ਕਿਉਂਕਿ ਤੁਹਾਡਾ ਜਿਹੜਾ WTR 770 ਹੈ, ਬਹੁਤ ਮੈਨੂੰ ਪਤਾ ਲੱਗਿਆ, ਬਹੁਤ ਦੂਰ ਦੂਰ ਤੱਕ ਇਹ ਸੁਣਿਆ ਜਾਂਦਾ ਕੈਨੇਡਾ ਦੇ ਵਿੱਚ। ਔਰ ਮੈਂ ਜਸਟਿਨ ਟਰੂਡੋ ਸਾਹਿਬ ਨੂੰ, ਸਾਡੇ ਮੇਰੇ ਵੱਲੋਂ ਇੱਕ ਮੈਂ ਲੈਟਰ 'ਤੇ ਕੰਮ ਕਰ ਰਿਹਾ, ਇੱਕ ਜਿਹੜਾ ਮੈਮੋਰੈਂਡਮ ਹੈ ਉਹ ਵੀ ਮੈਂ ਉਹਨਾਂ ਨੂੰ ਭੇਜਣ ਵਾਲਾ, ਔਰ ਮੈਂ ਜਿਹੜੇ ਕੈਨੇਡਾ ਦੇ ਸਾਡੇ ਪੰਜਾਬੀ ਮੈਂਬਰ ਪਾਰਲੀਮੈਂਟ ਹੈ, ਮੇਰੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਵੀ ਅਸੀਂ ਉਹ ਮੈਮੋਰੈਂਡਮ ਭੇਜੀਏ। ਉਹ ਇੱਕ ਲੈਟਰ ਹੈ ਬੇਸਿਕਲੀ, ਜਿਹਦੇ ਨਾਲ ਪੂਰੀ ਸਥਿਤੀ ਅਸੀਂ ਜਸਟਿਨ ਟਰੂਡੋ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਹਾਂ, ਪਰ ਕਿਉਂਕਿ ਤੁਸੀਂ ਕੈਨੇਡਾ 'ਚ ਬੈਠੇ ਹੋ, ਤੁਸੀਂ ਬਹੁਤ ਚੰਗੀ ਤਰ੍ਹਾਂ ਇਹ ਗੱਲ ਹੈ ਜਿਹੜੀ ਆਪਣੀ ਇੱਥੇ ਸਰਕਾਰਾਂ ਤੱਕ ਪਹੁੰਚਾ ਸਕਦੇ ਹੋ। ਜੁਗਰਾਜ ਜੀ, ਸਿਰਫ ਤੁਸੀਂ ਨਹੀਂ, ਕੈਨੇਡਾ ਦਾ ਜਿੰਨਾ ਪੰਜਾਬੀ ਮੀਡੀਆ, ਅੱਜ ਬਹੁਤ ਵੱਡੀ ਲੋੜ ਹੈ ਸਾਡੇ ਵਿਦਿਆਰਥੀਆਂ ਨੂੰ, ਤੁਹਾਡੀ ਸਾਰਿਆਂ ਦੀ, ਬਹੁਤ ਦੂਰ ਤੱਕ ਸਾਡੀ ਆਵਾਜ਼, ਇਸ ਵਕਤ ਮੇਰੀ ਆਵਾਜ਼ ਤੁਸੀਂ ਸੁਣ ਰਹੇ ਹੋ। ਜੁਗਰਾਜ ਜੀ, ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸਾਰੇ ਪੰਜਾਬੀ ਮੀਡੀਆ ਤੱਕ ਤੁਸੀਂ ਵੀ ਇਹ ਗੱਲ ਪਰਸਨਲੀ ਲੈ ਕੇ ਜਾਓ, ਤਾਂ ਕਿ ਸਾਡੇ ਵਿਦਿਆਰਥੀਆਂ ਦਾ ਮਸਲਾ ਜਿਹੜਾ ਹੱਲ ਹੋਵੇ। ਜੀ ਜੁਗਰਾਜ ਜੀ, ਜੀ ਜ਼ਰੂਰ ਡਲਾ ਸਾਹਿਬ, ਕਿਉਂਕਿ ਸਾਡੀ ਜਿਹੜੀ ਕੈਨੇਡੀਅਨ ਬ੍ਰੌਡਕਾਸਟਿੰਗ ਦੀ ਕਲੱਬ ਆ ਜਿਹੜੀ ਮੀਡੀਆ ਦੀ, ਉਹਦੇ ਵਿੱਚ ਵੀ ਮੈਂ, ਜਿਵੇਂ ਸਾਡੀ ਚੰਡੀਗੜ੍ਹ ਪ੍ਰੈਸ ਕਲੱਬ ਆ ਜਾਂ ਫਿਰ ਲੁਧਿਆਣਾ ਪ੍ਰੈਸ ਕਲੱਬ ਆ, ਸਾਰੇ ਅਸੀਂ ਇੱਥੇ ਵੀ ਜਿਹੜਾ ਉਹ ਮਸਲਾ ਵਿੱਚ ਰੱਖਾਂਗੇ, ਔਰ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ ਕਿ ਪਤਾ ਲੱਗ ਸਕੇ ਕਿ ਕਾਰਨ ਕੀ ਆ, ਕਿਉਂਕਿ ਕਿੱਥੇ ਕੋਈ ਪ੍ਰੋਬਲਮ ਹੈ ਜਾਂ ਨਹੀਂ ਹੈ ਕਿ ਕੋਰੋਨਾ ਵਾਇਰਸ ਦਾ ਕਰਕੇ, ਕਿਉਂਕਿ ਇਹ ਜਿਹੜੀਆਂ ਕੰਟਰੀਆਂ ਇੱਥੇ ਇੱਕ ਹੀ ਜਿਹੜੀ ਵਧੀਆ ਚੀਜ਼ ਆ ਕਿ ਜਿਹੜੀ ਇੱਥੇ ਹਰੇਕ ਵਿਅਕਤੀ ਦੀ ਜਿਹੜੀ ਕਦਰ ਹੈ ਔਰ ਰਿਸਪੈਕਟ ਆ, ਔਰ ਇਸ ਕਰਕੇ ਜਿਵੇਂ ਕੋਰੋਨਾ ਕਰਕੇ, ਦੇਖੋ ਮੈਂ ਤੁਹਾਡੀ ਗੱਲ ਟੋਕਣ ਲੱਗਿਆ, ਕੋਰੋਨਾ ਜੁਗਰਾਜ ਜੀ ਪੂਰੇ ਕੈਨੇਡਾ ਦੇ ਵਿੱਚ ਕਰੋਨਾ, ਇਕੱਲੇ ਕਿਊਬਿਕ 'ਚ ਤਾਂ ਹੈ ਨਹੀਂ। ਅਗਰ ਇਕੱਲੇ ਪੂਰੇ ਕੈਨੇਡਾ 'ਚ ਕਰੋਨਾ, ਕੈਨੇਡਾ ਦੇ ਬਾਕੀ ਪਾਸਿਓਂ ਰਿਜ਼ਲਟ ਆ ਰਹੇ ਨੇ, ਤੁਹਾਡੇ ਓਨਟਾਰੀਓ ਤੋਂ ਰਿਜ਼ਲਟ ਆ ਰਹੇ ਨੇ, ਵੈਨਕੂਵਰ ਤੋਂ ਰਿਜ਼ਲਟ ਆ ਰਹੇ ਨੇ, ਠੀਕ ਹੈ ਜੀ। ਸਿਰਫ ਕਿਊਬਿਕ ਵਾਲੇ ਕਾਲਜਸ ਦੇ 10 ਕਾਲਜਸ ਨੇ, ਉਹਨਾਂ ਦੇ ਰਿਜ਼ਲਟ ਅੜੇ ਹੋਏ ਨੇ,
ਉਹਨਾਂ 10 ਕਾਲਜਸ ਦੇ ਵਿਦਿਆਰਥੀਆਂ ਦੇ ਰਿਜ਼ਲਟ ਨਹੀਂ ਆ ਰਹੇ, ਬੜੀ ਮਾਨਸਿਕ ਦਬਾਅ ਦੇ ਵਿੱਚ ਨੇ। ਔਰ ਕੈਨੇਡਾ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ, ਜਿਹੜਾ ਕੈਨੇਡੀਅਨ ਹਾਈ ਕਮਿਸ਼ ਜੁਗਰਾ ਜੀ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਬੈਕਲੌਗ ਹੈ ਜਿਹੜਾ, ਜੀ ਬੈਕਲੌਗ ਕਈ ਵਾਰੀ ਲੱਗਿਆ ਜਿਹੜਾ ਹੁੰਦਾ ਉਹ ਉਸ ਨੂੰ ਕਲੀਅਰ ਕਰਨ ਤੇ ਵੀ ਟਾਈਮ ਲੱਗਦਾ। ਔਰ ਬਹੁਤ ਕੈਨੇਡਾ ਦੇ, ਸਾਡੇ ਕੈਨੇਡਾ ਦੇ ਪੰਜਾਬੀਆਂ ਨੂੰ ਇਹ ਸਥਿਤੀ ਦੀ ਨਹੀਂ ਪਤਾ, ਜਿਵੇਂ ਤੁਸੀਂ ਕਹਿ ਰਹੇ ਹੋ ਨਾ ਬੈਕਲੌਗ ਦੀ ਗੱਲ। ਦੇਖੋ ਬੈਕਲੌਗ ਤਾਂ ਕਲੀਅਰ ਹੋ ਰਿਹਾ ਬਾਕੀ ਥਾਵਾਂ ਤੋਂ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੈਨੇਡੀਅਨ ਹਾਈ ਕਮਿਸ਼ਨ, ਕੈਨੇਡੀਅਨ ਇਮੀਗ੍ਰੇਸ਼ਨ, ਇਹਨਾਂ ਨੇ ਬਹੁਤ ਸਾਰੇ IRCC ਨੇ ਵੈਬੀਨਾਰ ਕੀਤੇ ਕਿ ਅਸੀਂ ਪਾਲਿਸੀ ਚੇਂਜ ਕਰ ਰਹੇ ਹਾਂ, ਪਹਿਲਾਂ ਅਸੀਂ AIP ਦੇਵਾਂਗੇ, ਫਿਰ ਅਸੀਂ ਤੁਹਾਨੂੰ ਸੈਕਿੰਡ ਸਟੇਜ ਤੇ ਵੀਜ਼ਾ ਦੇਵਾਂਗੇ, ਦੋ ਪ੍ਰੋਸੈਸ ਹੋਣਗੇ ਵੀਜ਼ਿਆਂ ਦੇ। ਕਿਊਬਿਕ ਬਾਰੇ ਕਿਸੇ ਤਰ੍ਹਾਂ ਦੀ ਕਲੈਰਿਟੀ ਵੀ ਨਹੀਂ ਦਿੱਤੀ ਗਈ। ਕੈਨੇਡਾ ਦੀ ਸਰਕਾਰ ਨੇ ਕਿਊਬਿਕ ਬਾਰੇ ਕੋਈ ਟਵੀਟ ਨਹੀਂ ਜਾਰੀ ਕੀਤਾ ਵੀ 10 ਕਾਲਜਾਂ ਦਾ ਕੀ ਮਸਲਾ ਹੈ। ਤੁਹਾਡੀ ਸਰਕਾਰ ਕੋਈ ਟਵੀਟ ਹੀ ਕਰਦੇ, ਤੁਹਾਡੀ ਸਰਕਾਰ ਇਹੀ ਦੱਸਦੇ ਵੀ ਇਹਨਾਂ 10 ਕਾਲਜਾਂ ਦਾ ਮਸਲਾ ਕੀ ਹੈ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਵਿਦਿਆਰਥੀ ਨੇ ਜਿਹੜੇ ਉਹ ਇੱਥੇ ਪਰੇਸ਼ਾਨ ਹੋ ਰਹੇ ਨੇ। ਸੋ ਮੈਂ ਬੜਾ ਹੈਰਾਨ ਹਾਂ ਜੁਗਰਾਜ ਜੀ, ਤੁਸੀਂ ਕੈਨੇਡਾ ਦੇ ਮੀਡੀਆ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਹੋ, ਐਡੇ ਵੱਡੇ ਜਿਹੜਾ ਰੇਡੀਓ ਚੈਨਲ ਹੈ ਉਹਦੇ ਉੱਪਰ ਤੁਸੀਂ ਟੈਲੀਵਿਜ਼ਨ ਦਾ ਇਹ, ਰੇਡੀਓ ਦਾ ਇਹ ਸ਼ੋਅ ਚਲਾਉਂਦੇ ਹੋ। ਮੈਂ ਹੈਰਾਨ ਹਾਂ ਕਿ ਤੁਹਾਡੀ ਵੀ ਨੌਲੇਜ 'ਚ ਨਹੀਂ ਹੈ ਕਿ ਕਿਊਬਿਕ ਦੇ ਵਿੱਚ ਪੰਜਾਬੀ ਸਟੂਡੈਂਟ ਜਿਨ੍ਹਾਂ ਨੇ ਅਪਲਾਈ ਕੀਤਾ ਐਡੀ ਵੱਡੀ ਦਿੱਕਤ 'ਚ ਨੇ। ਸੋ ਜ਼ਰੂਰ ਖਿਆਲ ਕਰੋ ਇਹਨਾਂ ਗੱਲਾਂ ਦਾ। ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਜੀ ਹਰ ਫਰਾਈਡੇ ਡਿਸਕਸ ਕਰਦੇ ਨੇ ਆਪਣੇ ਨਾਲ ਬਹੁਤ ਟਾਈਮ, ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਸੀਮਾ ਜੀ ਨੂੰ ਕਹਾਂਗੇ ਕਿ ਇਸ ਚੀਜ਼ ਤੇ ਵਰਕ ਕਰਕੇ ਸਾਡੇ ਸਰੋਤਿਆਂ ਨਾਲ ਸਾਂਝ ਪਾਵੇ ਅਪਰੂਵਲ ਦੇਣੀ ਹੈ, ਕਿਹਦਾ ਵੀਜ਼ਾ ਰਿਜੈਕਟ ਕਰਨਾ ਹੈ ਉਹ ਕੈਨੇਡੀਅਨ ਅਥਾਰਟੀ, ਕੈਨੇਡੀਅਨ ਹਾਈ ਕਮਿਸ਼ਨ ਦੇ ਹੱਥ 'ਚ ਹੈ। ਪਰ ਇੱਕ ਇੱਕ ਸਾਲ, ਸਵਾ ਸਵਾ ਸਾਲ ਬੱਚਿਆਂ ਦੀਆਂ ਫੀਸਾਂ ਭਰਿਆਂ ਨੂੰ ਹੋ ਗਏ, ਬੱਚਿਆਂ ਨੂੰ ਇਹ ਹੀ ਨਹੀਂ ਦੱਸਿਆ ਜਾ ਰਿਹਾ ਤੁਹਾਡਾ ਰਿਜ਼ਲਟ ਕਦੋਂ ਆਉਣਾ ਕਦੋਂ ਨਹੀਂ ਆਉਣਾ। ਮੈਨੂੰ ਲੱਗਦਾ ਇਹ ਬਹੁਤ ਵੱਡੇ ਪੱਧਰ ਤੇ ਹਿਊਮਨ ਰਾਈਟ ਵਾਇਓਲੇਸ਼ਨ ਹੈ, ਇਹ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਤੌਰ ਤੇ ਮੈਂ ਇਹਨੂੰ ਦੇਖ ਰਿਹਾ। ਔਰ ਕਿਉਂਕਿ ਇਹ ਤੁਹਾਡੀ ਕੈਨੇਡਾ ਦੀ ਗਵਰਨਮੈਂਟ ਦੇ ਨਾਲ ਸੰਬੰਧਿਤ ਹੈ, ਇਸ ਕਰਕੇ ਮੈਂ ਇਹ ਚਾਹੁੰਦਾ ਕਿ ਇਹ ਜਸਟਿਨ ਟਰੂਡੋ ਸਾਹਿਬ ਤੱਕ ਗੱਲ ਜ਼ਰੂਰ ਜਾਣੀ ਚਾਹੀਦੀ ਹੈ। ਮੈਨੂੰ ਇਹ ਲੱਗਦਾ ਅਗਰ ਜਸਟਿਨ ਟਰੂਡੋ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਨੇ ਹਜ਼ਾਰ ਬੱਚੇ ਇੰਡੀਆ ਦੇ ਵਿੱਚ ਖੱਜਲ ਹੋ ਰਹੇ ਨੇ ਸਿਰਫ ਇੱਕ ਛੋਟੀ ਜਿਹੀ ਨੈਗਲੀਜੈਂਸੀ ਕਰਕੇ, ਜਿਹੜੀ ਕਿ ਬਹੁਤ ਵੱਡਾ ਇੰਪੈਕਟ ਪੰਜਾਬ ਦੇ ਵਿੱਚ ਕਰ ਰਹੀ ਹੈ। ਬਹੁਤ ਵਿਦਿਆਰਥੀ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਜੁਗਰਾਜ ਜੀ, ਮੈਂ ਲਗਾਤਾਰ ਵਿਦਿਆਰਥੀਆਂ ਦੇ ਨਾਲ ਸੰਪਰਕ 'ਚ ਰਹਿਣਾ, ਨਹੀਂ ਤਾਂ ਮੈਂ ਐਡੇ ਵੱਡੇ ਲੈਵਲ ਦੇ ਉੱਤੇ ਗੱਲ ਨੂੰ ਨਾ ਚੱਕਦਾ। ਔਰ ਮੈਂ ਤੁਹਾਡੇ ਤੋਂ ਆਸ ਇਹ ਕਰਦਾ ਕਿ ਜਿੰਨੇ ਸਾਡੇ MP ਨੇ ਪੰਜਾਬੀ, ਉਹਨਾਂ ਸਾਰਿਆਂ ਨੂੰ ਵੀ ਚਿੱਠੀਆਂ ਲਿਖਣੀਆਂ ਚਾਹੀਦੀਆਂ ਨੇ ਜਸਟਿਨ ਟਰੂਡੋ ਸਾਹਿਬ ਨੂੰ, ਔਰ ਮੈਂ ਜ਼ਰੂਰ ਚਿੱਠੀ ਭੇਜ ਰਿਹਾ। ਜੀ ਜ਼ਰੂਰ, ਆਪਾਂ ਕਿਸੇ ਨਾ ਕਿਸੇ ਨਾਲ ਗੱਲਬਾਤ ਕਰਕੇ ਕਿਸੇ ਅਦਾਰੇ ਨਾਲ ਤੁਹਾਨੂੰ ਜਿਹੜਾ ਇਸ ਕੁਐਸਚਨ ਦਾ ਆਨਸਰ ਜ਼ਰੂਰ ਮਿਲੂਗਾ। ਹੈਲੋ ਸਰ ਜੀ, ਜੀ ਔਰ ਅਗਲੀ ਗੱਲਬਾਤ ਵੀਕਐਂਡ ਤੇ ਦੇਖਦੇ ਰਹੇ ਹਾਂ, ਕਿਉਂਕਿ ਆਦਤ ਹੁੰਦੀ ਆ ਕਿ ਖਬਰਾਂ ਦੇ ਨਾਲ ਜੁੜੇ ਰਹਿਣ ਦੀ, ਕਿਉਂਕਿ 5 ਦਿਨ ਪੂਰੇ ਐਕਟਿਵ ਰਹਿਣਾ,